ਇਹ ਜਿਹੜੀ 2007 ਅਤੇ 2009 ਸਾਲ ਦੇ ਵਿੱਚ ਜਿਹੜੀ ਭਰਤੀ ਹੋਈ ਸੀ ਉਹ 'ਚ ਕੁਝ ਟੀਚਰਾਂ ਨੇ ਜਿਹੜੇ ਹੈਗੇ ਸੀ ਆਪਣੇ ਐਕਸਪੀਰੀਅੰਸ ਸਰਟੀਫਿਕੇਟ ਅਤੇ ਕੁਝ ਨੇ ਰੂਲਰ ਸਰਟੀਫਿਕੇਟ ਜਿਹੜੇ ਉਹ ਜਾਲੀ ਬਣਾਏ ਹੋਏ ਸੀ। ਉਹ ਜਿਹੜੀ ਵਿਜੀਲੈਂਸ ਦੇ ਮੁੱਖ ਡਾਇਰੈਕਟਰ ਹੈਗੇ ਉਹਨਾਂ ਨੇ ਚੰਡੀਗੜ੍ਹ ਨੇ ਇਨਕੁਆਇਰੀ ਕੀਤੀ ਜਿਸ 'ਤੇ 128 ਟੀਚਰਾਂ ਦੇ ਖਿਲਾਫ਼ ਟੋਟਲ ਮੁਕੱਦਮਾ ਦਰਜ ਹੋਇਆ ਹੈ। ਇਹਦੇ ਵਿੱਚ ਜਿਹੜੇ ਆ ਕਾਫ਼ੀ ਟੀਚਰ ਜਿਹੜੇ ਸਰਵਿਸ ਕਰ ਰਹੇ ਨੇ, ਸ਼ਾਇਦ ਇੱਕ ਦੋ ਮੈਨੂੰ ਪਤਾ ਲੱਗਾ ਵੀ ਇੱਕ ਅੱਧਾ ਕੋਈ ਰਿਟਾਇਰ ਹੁਣ ਹੋ ਚੁੱਕਾ ਆ, ਬਾਕੀ ਸਾਰੇ ਅਜੇ ਜੋਬ ਕਰ ਰਹੇ ਨੇ। ਇਹਨਾਂ ਦੇ ਖਿਲਾਫ਼ ਜਿਹੜਾ ਹੈਗਾ 465-66-67 ਅਫੈਂਸ 'ਚ ਜਿਹੜਾ ਮੁਕੱਦਮਾ ਨੰਬਰ ਅਸੀਂ 261 ਕੱਲ੍ਹ ਅਸੀਂ 30/12 ਨੂੰ ਦਰਜ ਕੀਤਾ ਅਤੇ ਇਹਦੀ ਇਨਵੈਸਟੀਗੇਸ਼ਨ ਅਸੀਂ ਸ਼ੁਰੂ ਕਰ ਦਿੱਤੀ ਹੈ ਜੀ। ਇਹਦੇ 'ਚ ਅਸੀਂ ਕਿਉਂਕਿ ਇਸ ਅਫੈਂਸ ਦੇ ਵਿੱਚ ਅਸੀਂ ਨੋਟਸ ਦੇਣੇ ਆ ਤਾਂ ਜੋ ਉਹਨਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਸਾਡੇ ਪੇਸ਼ ਹੋਣਾ ਪਏਗਾ। ਅਗਲੀ ਇਨਵੈਸਟੀਗੇਸ਼ਨ ਤੋਂ ਬਾਅਦ ਫਿਰ ਅਗਲੀ ਵੀ ਅਗਲੀ ਗੱਲਬਾਤ ਆਏਗੀ ਸਫਾ ਮਿਸਲ ਤੋਂ ਵੀ ਅਸੀਂ ਤੁਹਾਡੇ ਨਾਲ ਨਾਲੋਂ ਨਾਲ ਸ਼ੇਅਰ ਕਰ ਦਾਂਗੇ। ਇਹਦੇ 'ਚ ਜਿਹੜੇ ਸਾਡੇ ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਉਹਨਾਂ ਨੇ ਸਾਨੂੰ ਸ਼ਿਕਾਇਤ ਕੀਤੀ ਸੀ। ਇਹਦੇ 'ਚ ਵੀ ਇੱਕ ਬਹੁਤ ਹੀ ਕਿਸੇ ਸੂਝਵਾਨ ਪ੍ਰੈਸ ਵਾਲਿਆਂ ਨੇ ਵੀ ਗੁਪਤ ਤੌਰ 'ਤੇ ਜਾਂ ਹੋਰ ਜਿਹੜੇ ਦੇਸ਼ ਸੇਵਕ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਸੀ। ਉਹਨਾਂ ਦੇ ਦੇਣ 'ਤੇ ਫਿਰ ਜਿਹੜਾ ਹੈਗਾ ਐਜੂਕੇਸ਼ਨ ਬੋਰਡ ਨੇ ਹੀ ਇਹ 'ਤੇ ਸਟੈਪ ਪੁੱਟਿਆ ਸੀ ਔਰ ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਜਿਹੜੇ ਉਹਨਾਂ ਨੇ ਸਾਨੂੰ ਕੰਪਲੇਂਟ ਕਰਕੇ ਅਤੇ ਉੱਧਰ ਚੰਡੀਗੜ੍ਹ ਥਰੂ ਕਰਕੇ ਅਤੇ ਇਹਦੀ ਇਨਕੁਆਇਰੀ ਲਾਈ ਸੀ। ਹਾਂ, ਜਿਹੜੇ ਇਹਨਾਂ ਨੇ ਕਿਉਂਕਿ ਇਹਦੇ 'ਚ ਜਦੋਂ ਟੀਚਰ ਜਦੋਂ ਭਰਤੀ ਕਰਨ ਤੋਂ ਪਹਿਲਾਂ ਇਹਨਾਂ ਦੇ ਨੰਬਰ ਕਾਊਂਟ ਹੁੰਦੇ ਆ ਅਤੇ ਜਿੱਦਾਂ ਕਈ ਜਿਹੜੇ ਟੀਚਰ ਸੀ ਉਹ ਪਹਿਲਾਂ ਪ੍ਰਾਈਵੇਟ ਸਕੂਲ 'ਚ ਉਹਨਾਂ ਦਾ ਤਜਰਬਾ ਕਿੰਨੇ ਸਾਲ ਦਾ ਸੀ ਉਹ ਸਰਟੀਫਿਕੇਟ ਜਿਹੜੇ ਜਾਲੀ ਪਾਏ ਗਏ। ਫਿਰ ਇੱਕ ਇਹਦੇ 'ਚ ਹੁੰਦਾ ਅਰਬਨ ਅਤੇ ਜਿਹੜਾ ਹੁੰਦਾ ਆ ਰੂਲਰ ਏਰੀਆ, ਉਹਦੇ 'ਚ ਵੀ ਇਹਨਾਂ ਨੇ ਕੁਝ ਸਰਟੀਫਿਕੇਟ ਜਿਹੜੇ ਰੂਲਰ ਵਾਲੇ ਸੀ ਉਹਨਾਂ ਨੇ ਗਲਤ ਬਣਾਏ ਸੀ, ਉਹਦਾ ਹੀ ਇਹ ਪਰਚਾ ਦਰਜ ਹੋਇਆ ਜੀ। ਟੋਟਲ 128 ਹੈਗੇ ਨੇ, ਵੱਖਾਂ ਵੱਖਰੇ ਸ਼ਹਿਰਾਂ ਦੇ ਹੈਗੇ ਆ, ਬਟਾਲੇ ਦੇ ਵੀ ਹੈਗੇ ਆ, ਹੋਰ ਬਾਹਰ ਆਊਟਸਾਈਡਰ ਵੀ ਹੈਗੇ ਨੇ ਅਤੇ FALO ਜਿਹੜੀ ਸਾਡੀ ਕਿਉਂਕਿ ਇੱਥੇ ਹੋਈ ਹੈ ਇਸ ਕਰਕੇ ਅਸੀਂ ਇਹਦੀ ਇਨਵੈਸਟੀਗੇਸ਼ਨ ਵੀ ਕਾਫੀ ਲੰਮੀ ਹੋਏਗੀ ਔਰ ਕੋਸ਼ਿਸ਼ ਕਰਾਂਗੇ ਅਸੀਂ ਬਹੁਤ ਸ਼ੋਰਟ ਟਾਈਮ 'ਚ। ਹਾਂ, ਕਿਉਂਕਿ ਜਦੋਂ ਪ੍ਰਾਇਮਰੀ ਇਨਕੁਆਇਰੀ ਹੁੰਦੀ ਉਹਦੇ 'ਚ ਬਹੁਤਾ ਡੀਪਲੀ ਨਹੀਂ ਕਰਦੇ, ਫਿਰ ਇਨਵੈਸਟੀਗੇਸ਼ਨ 'ਚ ਅਸੀਂ ਜਦੋਂ ਇਹਨਾਂ ਦੀ ਇੰਟੈਰੋਗੇਸ਼ਨ ਪੁੱਛਗਿੱਛ ਕਰਾਂਗੇ ਫਿਰ ਉਹਦੇ 'ਚ ਅਸੀਂ ਕਰਾਂਗੇ ਵੀ ਆਖਿਰਕਾਰ ਇਹ ਸਰਟੀਫਿਕੇਟ ਬਣਾਏ ਕਿੰਨੇ, ਕਿਉਂਕਿ ਜਿਹੜੇ ਉਮੀਦਵਾਰ ਕੈਂਡੀਡੇਟ ਆ ਟੀਚਰ ਨੇ ਉਹ ਤਾਂ ਖੁਦ ਬਣਾ ਨਹੀਂ ਸਕਦੇ, ਇਹਨਾਂ ਨੇ ਜ਼ਰੂਰ ਕਿਸੇ ਦੀ ਹੈਲਪ ਲਈ ਆ। ਉਹ ਚੀਜ਼ਾਂ 'ਤੇ ਅਸੀਂ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਪਹੁੰਚਾਂਗੇ। ਅਸੀਂ ਬਸ ਜੀ ਇੱਕ ਅੱਧੇ ਦਿਨ 'ਚ ਅਸੀਂ ਇਹਨਾਂ ਨੂੰ ਜਿਹੜੇ ਕਿਉਂਕਿ 128 ਬੰਦਿਆਂ ਦੇ 128 ਨੋਟਸ ਪਹਿਲਾਂ ਜਾਰੀ ਕਰਨੇ ਆ, ਇਹਦੇ 'ਚ ਸਾਨੂੰ 3 ਜਿਹੜੇ ਨੋਟਸ ਇੱਕ ਬੰਦੇ ਨੂੰ ਭੇਜਣੇ ਜ਼ਰੂਰੀ ਆ ਅਤੇ ਉਹ ਅਸੀਂ ਬਸ ਜਲਦੀ ਜਲਦੀ 3 ਹਫ਼ਤਿਆਂ 4 ਹਫ਼ਤਿਆਂ 'ਚ ਫਾਰਮੈਲਿਟੀ ਸਾਰੀ ਪੂਰੀ ਕਰ ਲੈਣੀ ਹੈ ਜੀ। ਇਹ ਇਨਵੈਸਟੀਗੇਸ਼ਨ ਤਾਂ ਜਿਹੜੀ ਆ ਵੈਸੇ ਕਾਫੀ ਲੰਮੀ ਆ, ਅੱਜ ਤੋਂ ਸਾਲ ਇੱਕ ਪਹਿਲਾਂ ਸਟਾਰਟ ਹੋਈ ਸੀ ਉੱਥੇ, ਪਰ ਕਿਉਂਕਿ ਜ਼ਿਆਦਾ ਹੋਣ ਕਰਕੇ 128 ਦੀ ਗਿਣਤੀ ਬਹੁਤ ਹੈ ਉਹਦੇ ਕਰਕੇ ਹੀ ਥੋੜ੍ਹੀ ਪ੍ਰਾਇਮਰੀ ਇਨਕੁਆਇਰੀ 'ਚ ਟਾਈਮ ਲੱਗਾ ਜੀ। ਨਹੀਂ ਨਹੀਂ ਇਹ ਸਾਰੇ ਪੰਜਾਬ ਦਾ ਮਸਲਾ ਜੀ। ਹਾਂ, ਗੁਰਦਾਸਪੁਰ ਤਾਂ ਕਿਉਂਕਿ ਜ਼ਿਆਦਾ ਸੀ ਅਤੇ ਇਸ ਕਰਕੇ ਇੱਥੇ ਭਰਤੀ ਵੀ ਇੱਥੋਂ ਹੋਈ ਸੀ, ਇਸ ਕਰਕੇ ਇੱਥੇ ਇਹਨੂੰ ਜਿਹੜਾ ਹੈੱਡ ਬਣਾਇਆ ਗਿਆ ਤਾਂ ਕਰਕੇ ਇਹਨਾਂ ਦੇ ਇੱਥੇ ਮੁਕੱਦਮਾ ਦਰਜ ਕੀਤਾ।